ਹੋਰ ਗਰ ਭੇਜ ਸਿੰਘ ਹੈ ਉਹਦੇ ਪਿਓ ਦਾ ਨਾਮ ਹੀ ਵੱਖਰਾ ਹੈ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ ਐਫ ਆਈ ਆਰ ਨਾਲ ਲਾ ਰਹੇ ਹਾਂ ਦੀ ਕਾਪੀ, ਉਹ ਐਫ ਆਈ ਆਰ ਇੱਕ ਹੋਰ ਹੈ ਅਤੇ ਇੱਕ ਬੰਦਾ ਵੀ ਇੱਕ ਹੋਰ ਹੈ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਲਲੀਦਾ ਵਰਿੰਦਰ ਸਿੰਘ ਫੌਜੀ ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ ਸਵੇਰੇ। ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਅਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ, ਲਿਖਿਆ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ। ਹੋ ਸਕਦਾ ਹੈ ਜਦੋਂ ਉਹਦੇ ਕੋਲੋਂ ਗਏ ਹੈ ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਆ ਉਸਦੇ ਕੋਲੋਂ ਲੈ ਕੇ ਆਇਆ, ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਆ ਉਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ 'ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ, ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ, ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ਼ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਈਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ, ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਅਕ ਨੇ, ਬਾਡੀਗਾਰਡ ਨੇ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਪਰਚੇ 'ਚ ਉਲਝਾਉਣਾ ਅਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆਂ ਨੂੰ, ਇਹ ਕੀ ਸੁਨੇਹਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲਿਆਂ ਦੇ ਹੱਕ 'ਚ ਭੁਗਤ ਰਹੇ ਜੋ ਅਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ਼ ਭੁਗਤ ਰਹੇ ਜੋ, ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ਼ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤਾਂ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ, ਜਾਂ ਤਾਂ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਅਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਛ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟ੍ਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ ਵੀ ਜੋ ਕਰ ਰਹੇ ਹਾਂ ਸਭ ਦੇ ਸਾਹਮਣੇ ਕਰ ਰਹੇ ਹਾਂ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ 'ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਿਰੀਏ ਦੋ ਚਾਰ, ਐਵੇਂ ਥੋੜ੍ਹੀ ਝੂਠੇ ਪਰਚੇ ਪਾ ਲਓ। ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ, ਹੈਂ। ਹੁਣ ਘਰ ਦੇ ਵਿੱਚ ਆਪਣੀ ਛੱਤ 'ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ ਕਿਸੇ ਮੁਖਬਰ ਨੇ, ਹੁਣ ਅਸੀਂ ਤਾਂ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ ਹੈ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਗਿਆ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ ਆਪਣੇ ਨਾਮ ਲੈਣ ਵਾਸਤੇ, ਅਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ। ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ 'ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ, ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ ਫਿਰ। ਭਾਈ ਸਾਹਿਬ, ਨਸ਼ੇ ਦੇ ਖਿਲਾਫ਼ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ ਸਮੇਂ ਦੀ ਕੀਤੀ ਜਾਵੇ, ਕਿਸੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ ਦੇ ਸੱਤਾ 'ਚ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਰਹੀ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਹਜੇ ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ, ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ 'ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ, ਸਰਕਾਰ ਦਾ, ਖਾਸ ਕਰਕੇ ਪ੍ਰਸ਼ਾਸਨ ਨੂੰ ਤਾਂ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ 'ਤੇ ਲੱਗਾ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤਾਂ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਅਤੇ ਜਿਹੜੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ 'ਤੇ ਧੜ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਛ ਗਲਤ ਨਹੀਂ ਹੋ ਰਿਹਾ, ਅਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ, ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤਾਂ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਏਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇੱਥੇ ਇਹ ਧਰਤੀ ਉਹ ਹੀ ਹੈ, ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ,
ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ, ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿੰਦਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨਾ, ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਜੂ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ, ਇਹਦੇ ਨਾਲ ਕੀ ਹੈ ਆਪਸੀ ਵਿਰੋਧ ਰੋਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ, ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ੍ਹ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤਾਂ ਬਿਲਕੁਲ ਨਜਾਇਜ਼ ਕੰਮ ਹੈ, ਜਿਹੜਾ ਅਵੇਲੇਬਲ ਅਫੈਂਸ ਹੈ 327 ਦਾ, ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਪਰਚਾ, ਹੈ ਉਹਦੀ ਤਾਂ ਜਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਕੋਈ ਅੱਤਵਾਦੀ ਫੜ ਲਿਆ ਸੀ, ਇਹ ਕੋਈ ਚੰਗੀ ਗੱਲ ਥੋੜ੍ਹੀ। ਜੇਕਰ ਕੱਲ੍ਹ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ? ਨਹੀਂ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ, ਕੋਈ ਨਹੀਂ ਬੰਦਾ ਤਾਂ ਮੈਂ ਕਹਿੰਦਾ ਜੇ ਹੋਰ ਚਾਹੀਦੇ 10 ਹੋਰ ਭਰਤੀ ਕਰਾ ਦਿੰਦੇ ਅੰਦਰ, ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ। ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ, ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਿਆ ਤੁਹਾਨੂੰ ਚੱਕ ਲੈਣਾ, ਅਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ, ਅਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤਾਂ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ, ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ 'ਤੇ ਹੋਣ, ਅਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ, ਇਹ ਸਰਕਾਰ ਬੈਠ ਕੇ ਤੈਅ ਕਰ ਲਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 'ਤੇ ਹਮਲਾ ਹੋਇਆ, ਭਾਈ ਸਾਹਿਬ ਕੁਛ ਕਹਿਣਾ ਚਾਹੋਗੇ? ਨਹੀਂ ਚੰਗੀ ਗੱਲ ਨਹੀਂ। ਦੇਖੋ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਵੀ ਕੋਈ ਬੰਦਾ ਜੇ ਕੋਈ ਚੱਲ ਗਿਆ ਉੱਥੇ ਹਮਲਾ ਕਰਨਾ ਨਹੀਂ ਚਾਹੀਦਾ, ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤਾਂ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ, ਲੋਕ ਕੀ ਕਰਨ? ਹੋਰ ਲੋਕਾਂ ਕੋਲੋਂ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ ਹੈ? ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।